ਹਾਂ ਜੀ ਕਿਸਾਨ ਵੀਰੋ, ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ। ਅੱਜ ਦੀ ਵੀਡੀਓ ਵਿੱਚ ਬਾਈ ਆਪਾਂ 10 ਨਗ ਸੇਲ ਲਈ ਲੈ ਕੇ ਆਏ ਜੀ। ਵਿੱਚ ਬਾਈ ਮੱਝਾਂ ਨੇ, ਵਿੱਚ ਗਾਵਾਂ ਨੇ, ਆਓ ਪੁੱਛ ਲੈਂਦੇ ਹਾਂ ਬਾਈ ਤੁਹਾਡੇ ਅੱਜ। ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਹੋਰ ਠੀਕ ਹੋ? ਵਧੀਆ ਜੀ। ਹਾਂਜੀ ਠੀਕ ਆ, ਵਧੀਆ। ਨਾਮ ਤੇ ਐਡਰੈਸ ਬੋਲ। ਨਾਮ ਤਾਂ ਕਰਤੇ ਜੀ, ਪਿੰਡ ਢਿੱਲਮਾ, ਜ਼ਿਲ੍ਹਾ ਬਰਨਾਲਾ। ਤਹਿਸੀਲ ਬਾਈ? ਤਹਿਸੀਲ ਤਾਂ ਪਾਬੰਦੀ ਨੇੜੇ ਤਾਂ ਬਾਈ ਆ। ਹਾਂਜੀ ਡਾਕਟਰ, ਬਾਕੀ ਗੱਲਾਂ ਆ, ਇਹ ਨਾਗ ਆਪਣੇ ਸਾਰੇ ਘਰਦੇ ਆ। ਠੀਕ ਆ ਬਾਈ। ਥੋੜੀ ਆਪਾਂ ਨੂੰ ਜੀ ਸਮੱਸਿਆ, ਮੇਰੀ ਮਾਤਾ ਜੀ ਦੇ ਘਰ ਵਾਲੀ ਦੀ ਹੋ ਗਈ ਡੈਥ। ਹਾਂਜੀ 8 ਤਰੀਕ ਨੂੰ ਤੇ ਗੱਲ ਮੁਕਾ ਵੀ ਬਸ ਹੋਣਾ ਆ ਵੀ ਮਾਲ ਇਹ ਸਾਂਭਦਾ ਨਹੀਂ ਆਪਾਂ। ਠੀਕ ਹੈ। ਇਸੇ ਕਰਕੇ ਵੇਚਦੇ ਆ ਮਾਲ, ਪਸ਼ੂ ਜਿੰਨੇ ਹੈਗੇ ਜਮਾ ਬਿਲਕੁਲ ਖਰੇ ਆ। ਜੇ ਇੱਕ ਰੱਤੀ ਭਰ ਦਾ ਵੀ ਨੁਕਸ ਹੋਇਆ ਆਪਾਂ ਜ਼ਿੰਮੇਦਾਰ ਆ ਯਾਰ, ਕਿਰਾਇਆ ਵਾਪਸ ਦੇਵਾਂਗੇ ਆਪਾਂ ਦੋਨੇ ਸਾਈਡਾਂ ਦਾ। ਠੀਕ ਹੈ। ਜੇ ਕੋਈ ਵੀ ਗਾਂ ਫਲਡ ਹੋਵੇ ਨਾ ਕਿਤੇ। ਮੋਬਾਈਲ ਨੰਬਰ ਬੋਲ ਦੇ ਬਾਈ। 84-2-73-10-778 ਇਹ ਬਾਈ ਦਾ ਕੰਟੈਕਟ ਨੰਬਰ ਹੈ। ਇੱਕ ਹੈਗਾ ਨੰਬਰ ਆਪਣਾ 62-34-48-118। ਠੀਕ ਹੈ ਬਾਈ। ਪਹਿਲੇ ਨੰਬਰ ਵਾਲੀ ਦੀ ਕੀ ਡਿਟੇਲ? ਇਹ 7.5 ਮਹੀਨੇ ਦੀ ਗੱਭਣਾ। ਗੱਲ ਮਗਾਈ 20 ਲੀਟਰ ਦੁੱਧ ਆਪਣਾ ਚੋਇਆ ਵਾ। ਠੀਕ ਹੈ। 7.5 ਮਹੀਨੇ ਦੀ ਚੈੱਕ ਪਾਸ ਅੱਜ। ਹੁਣ ਦੁੱਧ ਡਰਾਈ ਹੈ? ਹੁਣ ਦੁੱਧ ਡਰਾਈ ਹੈ ਬਿਲਕੁਲ, ਬਸ ਹੁਣ ਹੀ ਕਰੀਆ 7ਵੇਂ ਮਹੀਨੇ ਚ ਕਰੀਆ, 15 ਗ੍ਰਾਮ ਹੋ ਗਏ 20। ਠੀਕ ਹੈ ਬਾਈ। ਤੇ ਮੁੱਲ ਕੀ ਆ? ਮੁੱਲ ਆਪਾਂ 30 ਦੀ ਬਸ ਲੈਣ ਦੇ ਨਹੀਂ, ਮਾਨ ਤਾਣ ਹੋ ਜਾ, ਮਾੜਾ ਮੋਟਾ ਕਰ ਦਾਂਗੇ। ਤੇ ਉਹ ਬਾਹਰ ਬਥੇਰੀ ਚੰਗੀ ਆ, ਸੀਲ ਠੰਡੀ ਆ, ਬੰਦੀ ਬੁੰਦੀ ਬਥੇਰੀ ਆ। ਠੀਕ ਆ। ਤਾਂ 60,000 ਦੀ ਯਾਰ ਜਿੱਦੇ ਹਾਜ਼ਰ ਹੋ ਗਈ ਭਾਉਂਦੀ ਆਪਾਂ ਹੀ ਲੈ ਲਾਂਗੇ। ਬਹੁਤ ਠੀਕ ਆ। ਦੋ ਨੰਬਰ ਬਾਈ ਕੀ ਡਿਟੇਲ ਹੈ ਜੀ? ਇਹ ਮੂਹਰ ਦਾ ਫੋਨ ਚੱਲਦਾ ਵਾ ਡਾਕਟਰ, ਤੇ ਦੁੱਧ ਹੈਗਾ 9-10 ਕਿਲੋ ਗਾਂ ਥਲੇ। ਠੀਕ ਆ। ਤੇ ਇਹਨੂੰ ਸੂਈ ਨੂੰ ਅੱਜ ਐਂ ਮੰਨ ਵੀ 1.5-2 ਮਹੀਨੇ ਦੇ ਅੰਦਰ ਅੰਦਰ ਹੋਣਗੇ। ਠੀਕ ਹੈ ਭਾਈ। ਦੁੱਧ ਦੇ ਥਲੇ ਸੀਗਾ 14 ਕਿਲੋ ਪਹਿਲਾਂ, ਬਸ ਇੱਧਰ ਸਮੀ ਸੁਮੀ ਕਰਕੇ ਟੁੱਟ ਗਈ। ਠੀਕ ਹੈ ਭਾਈ। ਮੁੱਲ ਕੀ ਹੈ ਫਿਰ ਇਹਦਾ? ਮੁੱਲ ਹੈ ਬਸ ਆਪਾਂ 17,000 ਦੀ ਦੇ ਦਾਂਗੇ। ਠੀਕ ਹੈ। ਮਾਨ ਤਾਂ ਸਾਰਾ ਮੋਟਾ ਕਰ ਦਾਂਗੇ ਚਲੋ। ਤੇ ਉਹ ਬਥੇਰੀ ਚੰਗੀ ਆ ਗਾਂ, ਖਾਣ ਪੀਣ ਵਾਲੀ ਆ, ਜੇ ਕਿਸੇ ਚੰਗੇ ਘਰੇ ਬਾਗੀ ਇਹ ਦੁੱਧ 12-13 ਕਿਲੋ ਹੀ ਖੁੱਲਾ ਦੀ। ਠੀਕ ਆ। 17,000 ਰੁਪਇਆ ਬਾਈ ਮੁੱਲ ਆ, ਮਾਨ ਤਾਂ ਜਿਹੜਾ ਮੌਕੇ ਤੇ ਜ਼ਰੂਰ ਹੋ ਜਾਊਗਾ। ਇੱਕ ਥਣ ਤੋਂ ਬਾਈ ਤਿਲ ਆ ਗਈ। ਅੱਗੇ ਬਾਈ 3 ਨੰਬਰ ਕੀ ਡਿਟੇਲ ਆ ਵੀਰੇ? ਇਹ ਗੱਭਣ 6 ਮਹੀਨਿਆਂ ਦੀ। ਠੀਕ ਆ। ਦੁੱਧੋਂ ਇਹ ਡਰਾਈ ਆ। ਠੀਕ ਆ। ਦੁੱਧ 17-18 ਕਿਲੋ ਹਾਜ਼ਰ ਪਾਇਆ ਵਾ ਜਮਾ, ਤੇ 6 ਮਹੀਨੇ ਕਲੀਅਰ ਹੋ ਗਏ, 7ਵਾਂ ਲੱਗ ਗਿਆ। ਠੀਕ ਆ ਬਾਈ। ਤੇ ਮੁੱਲ ਭਰਾ ਦਾ? ਮੁੱਲ ਆਪਾਂ 28,000 ਦੇ ਦਾਂਗੇ। ਮਾਨ ਤਾਣ ਹੋ ਜੀ, ਮਾੜਾ ਮੋਟਾ ਕਰ ਦਾਂਗੇ। 28,000 ਰੁਪਇਆ ਮੁੱਲ ਆ, ਬਾਹਰ ਦਾ ਕੋਈ ਲੇਖਾ ਨਹੀਂ, ਬਹੁਤ ਚੰਗੀ ਆ। ਰਾਜੀ ਫੁੱਲ ਆ ਨਾ? ਹਾਂ। ਠੀਕ ਆ ਬਾਈ। ਸਿੰਘ ਜੀ 65 ਦੀ ਵਿਕਣ ਦੀ ਬਾੜ ਆ ਗਈ, ਸਿੰਘ ਜ਼ਰੂਰ ਆ। ਰਾਜੀ ਰੋਜੀ ਫੁੱਲ 65 ਦੀ ਵਿਕ ਜਾਂਦੀ ਡਾਕਟਰ। ਮੋੜ ਲੈ ਬਾਈ, ਝੋਲੀ ਚੰਗੀ ਆ, ਥਣਾ ਤੂੰ ਪਾਸ ਆ ਬਾਈ। ਹਾਂ ਓਕੇ ਜਮਾ, ਜ਼ਿੰਮੇਵਾਰੀ ਉਸ ਚੀਜ਼ ਦੀ, ਗੱਭਣ ਗੁੱਭਣ ਦੀ ਆਪਣੀ ਜ਼ਿੰਮੇਵਾਰੀ। ਠੀਕ ਆ ਬਾਈ। ਅੱਗੇ ਵੀਰੇ 4 ਨੰਬਰ, 4 ਨੰਬਰ ਦੀ ਕੀ ਡਿਟੇਲ ਆ? ਇਹਨੂੰ ਅੱਜ ਇਹਨੂੰ ਡਾਕਟਰ ਅੱਜ ਤਰੀਕ ਹੋ ਗਈ, ਗੱਲ ਮੁਕਾ ਵੀ 4 ਆ, ਇਹਨੂੰ 10 ਤਰੀਕ ਨੂੰ 1 ਮਹੀਨਾ ਹੋ ਜੂ ਸੂਈ ਨੂੰ। ਠੀਕ ਆ। ਦੁੱਧ ਹੁਣ 14 ਲੀਟਰ ਜਮਾ ਨੈਟ ਤਿਆਰ ਆ, ਚਾਹੇ ਅਗਲਾ 4 ਟਾਈਮ ਚੋਲੇ। ਠੀਕ ਹੈ ਨਾ। ਠੀਕ ਆ। ਸੀਲ ਠੰਡੀ ਇਹ ਇੰਨੀ ਆ ਜਿੰਨੀ ਵੀ ਕਹੇ। ਠੀਕ ਆ ਬਾਈ। ਜਿਵੇਂ ਮਰਜ਼ੀ ਚਾਹੇ ਜਵਾਬ ਕੱਢਣ, ਉਹ ਡੈਥ ਵਾਲੀ ਗੱਲ ਹੀ ਨਹੀਂ। ਠੀਕ ਆ ਬਾਈ। ਹਾਂ। ਤੇ ਮੁੱਲ ਕੀ ਆ ਭਰਾ ਦਾ? ਮੁੱਲ ਆ 35 ਦੇ ਦਾਂਗੇ ਰਾਈਟ। ਮਾਨ ਤਾਣ ਹੋ ਜੀ, ਮਾੜਾ ਮੋਟਾ ਕਰ ਦਾਂਗੇ। 35,000 ਰੁਪਇਆ ਮੁੱਲ, ਸੀਲ ਠੰਡੀ ਬਹੁਤ ਆ। 35,000 ਰੁਪਇਆ ਬਾਈ ਮੁੱਲ ਆ, ਮਾਨ ਤਾਣ ਜਿਹੜਾ ਮੌਕੇ ਤੇ ਜ਼ਰੂਰ ਹੋ ਜਾਊਗਾ। ਤੋਰਾ ਤਾਰਾ ਚੰਗਾ, ਵਰੀਡ ਚੰਗੀ ਆ, ਗਰਮੀ ਘੱਟ, ਮੈਨੂੰ ਫੈਂਟ ਆ ਜਿਹੜੀ ਚੰਗੀ ਆਊਗੀ। ਮੋੜ ਲਿਆ ਬਾਈ। ਅੱਗੇ ਵੀਰੇ 6 ਨੰਬਰ, ਆ ਖੋਲ ਕਿਹੜਾ ਸੀ? ਯਾਰ ਸਾਰੇ ਡਾਕਟਰ। ਤੇ ਦੁੱਧ ਦਾ ਸਿਰ 11-12 ਕਿਲੋ ਜਮਾ ਨੈਟ ਤਿਆਰ ਆ। ਠੀਕ ਆ। ਚਾਹੇ ਅਗਲਾ 4 ਟਾਈਮ ਚੋਲੇ, ਆਪਣੀ ਜ਼ਿੰਮੇਵਾਰੀ ਆ। ਠੀਕ ਆ ਬਾਈ। ਦੁੱਧ ਦੇ ਸਿਰ 15 ਲੀਟਰ ਸੀਗਾ, ਤੇ ਬਸ ਦਾਣ ਦੁਆ ਪਿਆ ਨਹੀਂ, ਸਮੀ ਨਹੀਂ। ਠੀਕ ਆ। ਹੁਣ ਵੀ 12-13 ਹਜ਼ਾਰ। ਤੇ ਕੀ ਮੁੱਲ ਆ ਭਰਾ ਦਾ? ਮੁੱਲ ਇਹ ਵੀ 35 ਦੇ ਦਾਂ ਆਪਾਂ ਡਾਕਟਰ। ਮਾਨ ਤਾਣ ਹੋ ਜੂ, ਮਾੜਾ ਮੋਟਾ ਹੋ ਜੂ। 35,000 ਰੁਪਇਆ ਮੁੱਲ, 1.5 ਮਹੀਨਾ ਹੋਇਆ ਆਪਣੀ, 60,000 ਦੀ ਖਰੀਦ ਕਰੀ ਵੀ ਇਹ। ਠੀਕ ਆ। ਹਾਂ। 35,000 ਰੁਪਇਆ ਮੁੱਲ ਆ ਬਈ, ਮਾਨ ਤਾਣ ਜ਼ਰੂਰ ਹੋ ਜੂਗੀ, ਚੰਗੀ ਆ, ਬੜ ਕੱਦ ਕਾਠਾ ਹੀ ਆ। ਅੱਗੇ ਵੀਰੇ 7 ਨੰਬਰ ਮੱਝ,
ਇਸ ਨੇ 9 ਲੀਟਰ ਦੁੱਧ ਹਾਜ਼ਰ ਡਾਕਟਰ ਸੌਰੀ 6 ਨੰਬਰ ਤੇ ਆ ਠੀਕ ਆ ਤੇ 9 ਲੀਟਰ ਦੁੱਧ ਆ ਇਹ ਹੱਥਨ ਵੇਲੇ ਥਾਪੀ ਦੇ ਮਿਲਦੀ ਆ ਤੜਕੇ ਇਹ ਟੀਕੇ ਦੇ ਲੱਗਦੇ ਉਹ ਵੀ ਆ ਆਪਣੇ ਢਿੱਲ ਮੱਥ ਜੀ ਹੋਣ ਕਰਕੇ ਲੱਗ ਗਿਆ ਕਿ ਦੋਨੇ ਟਾਈਮ ਹੀ ਥਾਪੀ ਦੇ ਸੀ ਠੀਕ ਆ ਬਾਈ ਤੇ ਇਹਦਾ ਮੁੱਲ ਆਪਾਂ ਕਰਦੇ ਹਾਂ ਬਸ 55,000 ਦੀ ਆਪਾਂ ਦੇ ਦਾਂਗੇ 55 ਦੀ ਹਾਂ ਇਹਨੂੰ ਪੂਰਾ ਸਹੀ 1 ਮਹੀਨਾ ਜਿਸ ਨੂੰ ਹੋ ਗਿਆ ਦੁੱਧ ਇਹ 10 ਤੋਂ ਵੀ ਬਾਹਰ ਸੀ ਇਹਦੇ ਥੱਲੇ ਦਾ ਠੀਕ ਆ ਬਾਈ ਹਾਂ 55,000 ਦੀ ਬਾਈਕ ਨਾ ਮੱਝ ਜਿਹੜੀ ਦੇ ਦਾਂਗੇ ਚਵਾਈ ਚੂਈ ਬਥੇਰੀ ਚੰਗੀ ਆ ਇੱਕ ਟਾਈਮ ਥਾਪੀ ਤੇ ਇੱਕ ਟਾਈਮ ਦਰਕੇ ਟੀਕੇ ਦੇ ਹੁਣ ਪੈਰ ਨਹੀਂ ਵੜਦੀ ਅੱਛਾ ਜਿੱਥੇ ਖੜ ਗਈ ਉੱਥੇ ਐ ਮਨ ਵੀ ਹੁਣ ਤਾਂ ਦੇ ਕੇ ਬਹਿ ਜਾ ਨਾ ਦੀ ਇੱਥੇ ਖੜ ਜੂਗੀ ਇੱਥੇ ਖੜ ਪਰ ਕਾਰਨ ਕੀ ਹੈ ਹੁਣ ਬੰਦੇ ਬਦਲ ਬਦਲ ਕੇ ਚਾਉਂਦੇ ਸੀ ਸਹੀ ਗੱਲ ਪਸ਼ੂ ਬਦਲ ਜਾਂਦਾ ਹਨਾ ਬਦਲ ਜਾਂਦਾ ਕਦੇ ਕਿਸੇ ਨੇ ਚੋਰੀ ਕਰੇ ਕਿਸੇ ਅੱਗੇ ਵੀ ਇੱਕ ਆਪਣੀ 7 ਤਰੀਕ ਨੂੰ ਠੀਕ ਹੈ 1 ਮਹੀਨਾ ਹੋ ਜੂਗਾ ਸੂਈ ਨੂੰ ਲਈ ਆਪਣੀ 70,000 ਦੀ ਸੀ ਠੀਕ ਹੈ ਤੇ ਦੁੱਧ ਇਸ ਨੇ ਹੈਗਾ ਹੁਣ 11 ਕਿਲੋ ਚਾਹੇ ਅਗਲਾ 4 ਟਾਈਮ ਚੋਲਿਆ ਆਪਾਂ ਕੋਈ ਦਿੱਕਤ ਠੀਕ ਹੈ ਇਹਦਾ ਬੱਚਾ ਗਿਆ ਮਰ ਇਹਦਾ ਬੱਚਾ ਮਰਿਆ 1 ਤਰੀਕ ਦੇ ਨੂੰ ਉਹਨਾਂ ਸਿੰਘ ਪਾਲੇ ਨੇ ਤੇ ਬਸ ਤਾਂ ਟੰਗ ਲਿਆ ਮੁੰਡੇ ਨੇ ਮੂਹਰੇ ਬੰਨ ਤਾਂ ਚੋਕੇ ਬਸ ਉੱਥੇ ਤਾਂ ਟੰਗ ਲਿਆ ਠੀਕ ਹੈ ਬਾਈ ਹਾਂ ਤੇ ਕੀ ਮੁੱਲ ਆ ਭਰਾ ਇਹਦਾ ਫਿਰ ਅੱਗੇ ਵੀਰੇ 8 ਨੰਬਰ ਤੇ ਬੈਠ ਕਿਹੜਾ ਸੂਆ ਸੂਈ ਵੀ ਇਹ ਸੂਈ ਦਾ ਤੀਜੇ ਇੱਕ ਸੂਏ ਸੀਗੀ ਇਹ ਥੋੜੀ ਜਿਹੀ ਕਮਜ਼ੋਰੀ ਵੱਧ ਪਾ ਗਈ ਮਾਲ ਮੂਲ ਜ਼ਿਆਦਾ ਕਰਕੇ ਇਹ ਸੂਈ ਵੀ ਐ ਮੰਨ ਵੀ ਉਹ ਬੱਸੀ ਇਹਦੀ 11-22 ਦਿਨਾਂ ਦੀ ਸੂਈ ਵੀ ਠੀਕ ਆ ਪਹਿਲਾਂ ਵੀ ਥੋੜੀ ਜਿਹੀ ਹੈ ਤਾਂ ਕਮਜ਼ੋਰੀ ਸੀ ਬਸ ਉਦੋਂ ਬਾਅਦ ਆਪਾਂ ਉਲਝ ਕੇ ਸਮੀ ਲੈਂਦੇ ਰਹੇ ਸੀ ਠੀਕ ਦੁੱਧ 9-10 ਕਿਲੋ ਹਾਜ਼ਰ ਆ ਜਮਾ ਮੁੱਲ ਵੀਰੇ ਮੁੱਲ ਬਸ ਇਹ ਆਪਾਂ 17,000 ਦੀ ਦੇ ਠੀਕ ਆ ਮਾਨਦਾਨ ਹੋ ਮਾੜਾ ਮੋਟਾ ਕਰ ਦਿਆਂਗੇ ਤੇ ਉਹ ਦੁੱਧ ਇਹ ਕਰ ਦੂਜੇ 11-12 ਕਿਲੋ ਠੀਕ ਆ ਭਾਈ ਮਾਲ ਸਮਿਆ ਨਹੀਂ ਨਾ ਟੁੱਟੇ ਹੀ ਪਿਆ ਡਾਕਟਰ ਤੇ ਆ ਕੱਟੀ ਆ ਬਈ ਕੱਟੀ ਆ ਬੂਰੀ ਠੀਕ ਆ ਇਹਦੀ ਉਮਰ ਆ ਮਨ 11-12 ਮਹੀਨੇ ਦੀ ਹਾਜ਼ਰ ਠੀਕ ਆ ਤੇ ਮਾਂ ਦੀ ਬਥੇਰੀ ਚੰਗੀ ਦੀ ਇਹ ਠੀਕ ਆ ਮੁੱਲ ਬਈ ਦਾ ਮੁੱਲ ਇਹ ਵਾ ਦੇ ਜਾਂਗੇ ਆਪਾਂ ਡਾਕਟਰ 15-15 ਹੀ ਦੇ ਬਹੁਤ ਠੀਕ ਆ ਹਾਂ ਤੇ ਆ ਕੱਟਾ ਬੂਰਾ ਠੀਕ ਆ ਇਹ 13-14,000 ਦਾ 13-14,000 ਦੁੱਧ ਮਾਂ ਦਾ ਚੰਗਾ ਦੋਨਾਂ ਦੇ ਅਈ ਦਾ ਗੱਲ ਮਕਾ ਵੀ 15 ਕਿਲੋ ਮੈਂ ਦੁੱਧ ਦਿੰਦੀ ਹੁਣ ਵੀ ਖੜੀ ਆਪਣੇ ਠੀਕ ਆ ਬਾਈ ਤੇ ਅਈ ਦੀ ਮਾਂ ਵੀ ਇਹਦਾ ਸਾਡੇ ਪਿੰਡ ਦੀ ਸਾਂਝ ਸੀਗਾ ਉਹਨਾਂ ਨੇ ਵੇਚਤਾ ਪਤਾ ਨਹੀਂ 2-2.5 ਦਾ ਵੇਚਿਆ ਤੇ ਉਹਦਾ ਕਰਕੇ ਮੈਂ ਰੱਖ ਲਿਆ ਮੈਂ ਜਾ ਖੜਾ ਰਹਿੰਦੇ ਬਸ ਸੋਹਣਾ ਹੀ ਦਿਲਪੁਰ ਗਿਆ ਤੇ ਕਿਸੇ ਵੀਰ ਨੂੰ ਕੋਈ ਵੀ ਨਗ ਪਸੰਦ ਆ ਕਹਿੰਦਾ ਕੁੱਤਾ ਡਾਕਟਰ ਕਰ ਲਿਓ ਕਿਹੜਾ ਗਰਮ ਵਾਲਾ ਅੱਛਾ ਆਹ ਹਾਂ ਠੀਕ ਆ ਬਾਈ ਤੇ ਕੀ ਮੁੱਲ ਵਾਲੀ ਇਹਦਾ ਇਹ ਦੇ ਦਾਂਗੇ ਆਪਾਂ 4-5,000 ਦਾ ਬਹੁਤ ਠੀਕ ਆ ਬਾਈ ਕਿਸੇ ਵੀਰ ਨੂੰ ਕੋਈ ਵੀ ਨਗ ਪਸੰਦ ਆਏ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ